ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਜੀ। ਬਾਕੀ ਬਾਈ ਸਮਾਨ ਆਪਾਂ ਨੇ ਧੋ ਤਿਆ ਸਾਰਾ, ਤੇ ਹੁਣ ਆਹ ਲੱਗਿਆ ਇੱਧਰ ਕਾਲਾ ਚਾਚਾ ਬਾਕੀ ਸਮਾਨ ਬਾਈ ਆਪਾਂ ਨੇ ਸਾਰਾ ਪਜਾ ਤਾ ਗੁਰਦੁਆਰਾ ਸਾਹਿਬ ਦਾ, ਜਿਹੜਾ ਗੁਰਦੁਆਰਾ ਸਾਹਿਬ ਪਜਾ ਤਾ, ਸਾਰਾ ਸਵੇਰ ਦੇ ਲੱਗੇ ਬਾਈ 11 ਵਜੇ ਦੇ। ਕਿੰਨਾ ਟਾਈਮ ਹੋ ਗਿਆ ਹੁਣ? ਮੈਂ 3 ਵੱਜ ਗਏ, ਪੂਰੇ 3 ਵੱਜ ਗਏ। ਕੱਲ ਸਾਨੂੰ ਬਾਈ ਕੋਈ ਕਹਿ ਨਾ ਦੇਵੇ ਵੀ ਹਾਂ ਇਹ ਆਏ ਉਹ ਬਾਈ ਉਹ ਰਹਿ ਗਏ। ਮੈਂ ਕਿਹਾ ਰਹੀਆਂ ਰਹੀਆਂ ਸਭ ਛੱਡਿਆ ਨੇ, ਪੈਸੇ ਦੇ ਤੇ ਜੀ ਲਪੇਟ ਤਾ ਕੰਮ, ਅਸੀਂ ਕਿੱਦਾਂ ਭੇਟੀ ਗਏ ਥੋੜੋ ਆ। ਸਾਰੇ ਮੁੰਡੇ ਆ ਗਏ ਇੱਕ ਵਾਰ ਨਿਬੜ ਗਏ ਜਦੋਂ, ਉਹ ਤਾਂ ਜ਼ਿੰਮੇਵਾਰੀ ਪ੍ਰਧਾਨ ਨੇ ਨਿਭਾਤੀ ਸਾਹਿਬ ਜੀ ਉਹਦੇ ਨੇ। ਆਹ ਹੁਣ ਗਾਂ ਵਾਲੇ ਸਾਲ ਵਾਸਤੇ ਬਾਅਦ ਰੱਖਦਾ ਕਰਕੇ ਆ ਗਏ, ਉਹਨਾਂ ਨੂੰ ਤੇਲ ਤੂੰ ਮਾਰਤਾ ਅਤੇ ਜਰਨੀ ਪੈਂਦੀ ਹੈਗੀ ਉਸ ਤਰ੍ਹਾਂ ਹੀ ਪਏ ਰਹੇ। ਪਿਛਲੇ ਸਾਲ ਲਿਆਉਂਦੇ ਰਹੇ ਸਾਰੇ, ਤਾਂ ਹੀ ਲੱਗਦਾ ਜਿਵੇਂ ਐਤਕੀ ਲਿਆਉਂਦੇ ਹੁੰਦੇ ਰੇਲ ਹੈ ਨਾ, ਫਰਕ ਬਹੁਤ ਆ ਜਰਨੀ ਪੈਂਦੀ। ਬਾਕੀ ਕ੍ਰਿਸ਼ਨ ਕੋਲ ਤਾਂ ਨੋਟ ਵੀ ਉੱਕਣੇ ਨਿਕਲਦੇ ਆ, ਇਹਦਾ ਫੇਰ ਇਹਦਾ ਫੇਰ ਲੋਹੇ ਦੀ ਚੀਜ਼ ਆ, ਮਸਾਂ ਪੱਟ ਕੇ ਗਿਣਨੇ ਪੈਂਦੇ ਵੀ ਹਾਂ ਕਿੰਨੇ ਆ ਇਹ। ਕਾਪੀ ਕਿੱਥੇ ਬਾਈ? ਨਹੀਂ ਬਾਈ ਜੇ ਆਪਾਂ ਸਹੀ ਕਰੂੰਗੇ ਨਹੀਂ ਕਿਤੇ ਖੋਜ ਨਹੀਂ ਕਹਿੰਦਾ, ਸਭ ਕੁਝ ਠੀਕ ਜਾਂਦਾ ਹੈ ਕਿ ਨਹੀਂ। ਔਰ ਰੱਸੀਆਂ ਵੀ ਬਾਈ ਦੇਖੋ, ਅਸੀਂ ਰੱਸੀਆਂ ਵੀ ਉਹ ਵੀ ਕੱਢਣੀਆਂ ਹੈ ਕਹਾਂ ਨੂੰ, ਆ ਦੇਖ ਸਾਰਾ ਪੋਰੀ ਬਿਸਤਰਾ ਬੰਨ ਕੇ ਰੱਖਤਾ। ਕਹਿਣੇ ਵਾਲਾ ਨੇ ਬੋਲੀ ਜਾਣਾ ਬੋਲੀ ਜਾਵੇ, ਆਪਣਾ ਕੰਮ ਆਪਾਂ ਨੂੰ ਪਤਾ ਠੀਕ ਆ। ਨਿਬੇੜ ਕੇ ਆਪਾਂ ਨੇ ਸਾਰਾ ਕੰਮ, ਬਸ ਸ਼ਾਮ ਨੂੰ ਕਰ ਦੇਣਾ ਹਿਸਾਬ ਕਿਤਾਬ। ਮੈਂ ਸ਼ਾਮ ਨੂੰ ਤਾਂ ਔਖਾ ਹੋਊਗਾ, ਇੱਕ ਅੱਧਾ ਦਿਨ ਲੱਗ ਜਾਣਾ, ਬਾਕੀ ਅਨਾਊਂਸਮੈਂਟ ਕਰਵਾ ਦੇਣੀ ਗੁਰਦੁਆਰੇ ਵੀ। ਭਾਈ ਆ ਜਾਓ ਆਪ ਹੀ ਕਾਪੀ ਆਪਣਾ ਹਿਸਾਬ ਕਿਤਾਬ ਕਰਕੇ ਰੱਖਿਆ ਵਾ, ਜਿਹਨੂੰ ਕੋਈ ਉਹ ਆ ਦੇਖ ਲਓ ਆ ਕੇ, ਹੈ ਕਿ ਨਹੀਂ। ਗਰੁੱਪ 'ਚ ਤਾਂ ਆਪਾਂ ਪਾਏ ਦਿੰਦੇ ਹਾਂ ਬਾਈ, ਸਾਰਾ ਸਾਡਾ ਗਰੁੱਪ ਬਣਿਆ ਵਾ ਮਾਲਾ। ਮੁੰਡਿਆਂ ਨੇ ਇੱਥੇ ਬੈਠ ਜਾਣਾ, ਜਾ ਕੇ ਫਿਰ ਅਨਾਊਂਸਮੈਂਟ ਕਰਾ ਦੇਣੀ ਵੀ ਭਾਈ ਜਿਹਨੇ ਦੇਖਣਾ ਕੇ ਦੇਖ ਲਓ, ਕਾਪੀ ਪਰ ਵੀ ਇੰਨਾ ਖਰਚਾ ਲਿਆ, ਆਹ ਕੁਛ ਸਾਡੇ ਕੋਲ ਬਚਿਆ ਹੈ ਕਿ ਨਹੀਂ। ਖਰਚੇ ਦਾ ਹਾਲੇ ਹਿਸਾਬ ਕਰਨਾ ਅਤੇ ਬਾਅਦ ਪਤਾ ਲੱਗਣਾ ਵੀ ਕਿਆ। ਵੈਸੇ ਗੋਭੀ ਨੂੰ ਵਧੀਆ ਰਹੇ ਇਹ, ਬਾਕੀ ਸਮਾਨ ਤਾਂ ਆਪਣਾ ਮਸ਼ੀਨ ਨਹੀਂ, ਉਹ ਦੇਖੋ ਬਾਈ ਦੀ ਲਿਸ਼ਕਾ ਕੇ ਰੱਖਦੀ, ਜੇਕਰ ਲੱਗਦਾ ਲੈ ਕੇ ਕਹੂੰਗਾ ਯਾਦ ਰੱਖੂੰਗਾ ਵੀ ਹਾਂ ਵੀ ਕੰਮ ਕਰਿਆ ਤਾ ਮੁੰਡਿਆਂ ਨੇ। ਟੈਂਟ ਵਾਲੇ ਦਾ ਸਮਾਨ ਤਾਂ ਦੁਲਚੇ ਦਾ ਉਹ ਵੀ ਦੇ ਜਾਂਦਾ, ਉਹਦਾ ਪਜਾ ਜਾਂਦਾ ਸਾਰਾ ਕ੍ਰੇਟ ਕਰੇ ਸਾਰੇ ਉਤਾਰ ਜਾਂਦੇ। ਟੈਂਕੀ ਤੋਂ ਫਿਰ ਟੈਂਕੀ ਚਾਹੇ ਅੱਜ ਮੋੜਿਓ ਬੰਦੇ ਦੀ ਦੁੱਧ ਵਾਲੀ ਟੈਂਕੀ, ਗਾਂਵੇਂ ਸਾਲ ਲੋੜ ਪੈਣੀ ਆ ਹੁਣ ਅੰਦਰ ਰੱਖ ਦੇਣੀ ਸਾਰਾ ਸਮਾਨ, ਇਹਦੇ ਵਿੱਚ ਪਾ ਕੇ ਰੱਖ ਦੇਣਾ ਲੰਗਰ ਦਾ, ਹੱਥੋ ਹੱਥੀ ਕੰਮ ਨਿਬੜ ਗਿਆ ਕਹਿਣ ਦਾ ਭਾਵ। ਜਦ ਧੁੰਦ ਤੀ ਜਦ ਅਸੀਂ ਲੱਗੀ ਧੁੱਪ ਚੜਾਤੀ ਹੈ। ਆ ਵੀ ਬਾਈ ਦੇਖ ਲੈ ਨਾਲ ਦੀ ਨਾਲੇ ਚੱਲ ਗਿਆ ਸੱਤ ਹੋ ਗਈ ਨਾ ਜਿਹੜੇ ਉਹ ਕਰਿਆ ਤਾਂ। ਇੰਨੀ ਮਸ਼ੀਨ ਤਾਂ ਉਹਨੇ ਵੀ ਨਹੀਂ ਧੋ ਕੇ ਰੱਖੀ ਵੀ ਸੀ ਬਾਈ ਨੇ, ਜਿੱਦਾਂ ਲਿਆਉਂਦੀ ਰਸਾਇਲ ਲਾ ਦੇ ਕੱਲ੍ਹ ਕੀ ਮੈਂ ਰਵੀ ਲਿਆਦੀ ਪਹਿਲਾਂ ਪੁਰਜਾ ਖੋਲ ਕੇ ਸਾਫ਼ ਕਰਿਆ ਉਹਦਾ, ਉਹੀ ਕਹਿੰਦਾ ਆਇਲਾ ਦੀ ਜਿਵੇਂ ਨਵੀਂ ਲਿਆਉਂਦੀ ਹੁੰਦੀ ਅੱਜ। ਕੱਲ੍ਹ ਬਾਈ ਬਹੁਤ ਬੁਰਾ ਹਾਲ ਹੋ ਗਿਆ ਇੱਕ ਵਾਰ, ਐਂਡ ਜਾ ਕੇ ਤਾਂ ਥਕਾਵਟ ਹੋ ਗਈ ਸੀ। ਤੂੰ ਤਾਂ ਉਲਟੀ ਲੱਗਿਆ ਤਾਂ ਕੰਨ ਮੇਰਾ ਸਿਰ ਦੁਖਣ ਲੱਗ ਗਿਆ ਬਹੁਤ।
ਮੈਂ ਕਹਿੰਦਾ ਇੱਧਰ ਹੀ ਰੱਖ ਲੈ। ਬਾਅਦ ਚ ਦੇਖਿਆ ਮੈਂ ਹਰੀ ਤਾ ਗਿਆ ਚਾਹ ਪੀਣ। ਚਾਹ ਨੀ ਉਹ ਯਾਰ ਪਾਸਪੋਰਟ ਜਿਹਾ ਮੰਮੀ ਦਾ ਦੇ ਦਾ ਉਹਦਾ ਕੰਮ ਜਾ ਕਰਨ ਗਿਆ ਦਾ। ਪਹਿਲਾਂ ਉਰੇ ਆਇਆ ਗਿਆ ਮੈਂ ਚੱਲ ਹੈਗਾ ਟਾਈਮ ਹਲੇ ਵੀ ਸੇਵਾ ਕਰਾਂਗੇ ਚੱਲਦੇ ਆ। ਉਰੇ ਕਾਲਾ ਕਹਿੰਦਾ ਕੋਈ ਆਇਆ ਨਹੀਂ ਹਲ ਤੱਕ। ਕਹਿੰਦਾ ਰੋਪੜ ਚਾਹ ਪੀ ਜਾ ਕੇ ਨਾ ਨਾ ਚਾਹ ਦਾ ਤੂੰ ਮੈਂ ਕਹਿੰਦਾ ਮੈਂ ਸ਼ਾਇਦ ਨਾਲੇ ਆ ਜਾਏ ਮੇਰੇ ਚਾਹ ਖਲਾਊਂਗਾ ਪਿਲਾਊਂਗਾ ਤੈਨੂੰ। ਤੇ ਗਾਹਾਂ ਤੇ ਬੰਦੇ ਹੋਏ ਮਿਲ ਗਏ ਗੱਡੀ ਪੂਲੀ ਲੋੜ ਲੱਗੀ ਰੋਪੜ ਨੂੰ ਵੀ ਆਹ ਬੰਦਾ ਆਪਣੂੰ ਆਹ ਮਿਲ ਗਿਆ ਦੁਕਾਨ ਵਾਲਾ। ਇਹ ਕਹਿੰਦਾ ਆਪ ਬੋਲ ਲੈ ਕੇ ਆਉਣੇ ਆ ਸਮਾਨ ਮੇਰੀ ਸਮੂਹੀ ਸਭ ਦੂਏ ਬਰਗਰ ਬੁਰਗਰ ਫਿਰ ਇਹਦੇ ਸਮਾਨ ਚੱਕਿਆ ਯਾਰ ਭਾਈ ਦਸ਼ਮੇਸ਼ ਸਵੀਟ ਸ਼ਾਪ ਵਾਲਾ ਲੱਖੀ ਭਾਈ ਚਲੋ ਭਾਈ ਬਾਕੀ ਕਰਦੇ ਹਾਂ ਕੰਮ ਕਰ ਦੇਖਦੇ ਹਾਂ ਖੇਤਾਂ ਦਾ ਕਿਆ ਹਾਲ ਆ ਦੋ ਤਿੰਨ ਦਿਨ ਹੋ ਗਏ ਦੇਖਿਆ ਨੂੰ ਜਾਂਦੇ ਵਿੱਚ ਨੂੰ ਘੱਟ ਗਈ ਸੀ ਫੇਰ ਬਹੁਤ ਹੋ ਗਈ ਮੱਖੀ ਹਨਾ ਮੀਂਹ ਤੋਂ ਬਾਅਦ ਘੱਟ ਗਈ ਜਾਂ ਮੀਂਹ ਪਿਆ ਤਾਂ ਬੜਾ ਲੈ ਭਾਈ ਚਾਚੇ ਨੇ ਭਾਈ ਸਾਰਾ ਵੱਢਿਆ ਪਹਿਲਾਂ ਦੱਸ ਦੇ ਖਾਤਰ ਇੱਕ ਵੰਡ ਪੂਰੀ ਵਾੜਤੀ ਹੈ ਹੁਣ ਜਦ ਪਾਉਣ ਦਾ ਟਾਈਮ ਆਇਆ ਦਾਤ ਫੜ ਲਿਆ। ਸਤਿ ਸ੍ਰੀ ਅਕਾਲ ਜੀ ਪਹਿਲਾਂ ਸਤਿ ਸ੍ਰੀ ਅਕਾਲ ਮਨਜ਼ੂਰ ਕਰੋ ਜੀ ਹੁਣ ਜੇ ਪਾਉਣੇ ਦੀ ਬਾਰੀ ਸਾਰੇ ਹੱਥ ਠੰਡੇ ਹੋਣੇ ਆ ਹੁਣ ਦਾਤ ਆਪ ਫੜ ਕੇ ਬੈਠ ਗਿਆ ਹੁਣ ਮੈਂ ਇਹਨੂੰ ਦਾਤ ਦਿੰਦਾ ਨੀ ਤਾਂ ਹੈਗਾ ਮਾਂ ਮੈਂ ਨੀ ਦੇਣਾ ਪੰਡ ਕਹਿੰਦਾ ਚੱਲ ਮੈਂ ਹੀ ਪਾਊਂਗਾ ਹੁਣ ਪੰਡ ਮੈਂ ਨੀ ਪਾਉਣੀ ਇਹੀ ਪਾਊਗਾ ਵੱਢੂਗਾ ਵੀ ਇਹ ਵੱਢੂਗਾ ਵੀ ਮੋਹਾਲੀ ਵਾਲੇ ਵੀਰ ਦਾ ਵੀ ਫੋਨ ਆਇਆ ਮੈਂ ਬਾਈ ਅੱਜ ਸਦਾ ਆ ਕੇ ਆਖਰੀ ਦੁਕਾਨ ਦੋ ਦਿਨ ਪਹਿਲਾਂ ਬੋਲਿਆ ਵਲੌਗ ਵਿਚ ਵੀ ਅਸੀਂ ਤਿੰਨ ਦਿਨ ਆਰਾਮ ਕੋਈ ਨੀ ਆਇਆ ਸਰੀਰ ਨੂੰ ਤਿੰਨ ਦਿਨ ਕੰਮ ਚੱਲਦਾ ਰਿਹਾ ਪਹਿਲਾਂ ਟ੍ਰੈਫਿਕ ਨੇ ਜਾਨ ਲਈ ਰੱਖੀ ਉਹਦੇ ਬਾਅਦ ਫਿਰ ਉਹੀ ਗੱਲ ਹੈ ਸੇਵਾ ਚ ਮਗਨ ਚਲੋ ਵਧੀਆ ਹੀ ਆ ਕੰਮ ਆਹੀ ਦੋ ਦਿਨ ਤੇ ਸੇਵਾ ਦੇ ਭਾਈ ਲੰਗਰ ਵੀ ਭਾਈ ਦੋ ਤਿੰਨ ਲਾਤੇ ਤਿੰਨ ਲਾਤੇ ਤੂੰ
ਰਾਤ ਨੂੰ ਵਿਹਲੇ ਹੋਏ ਹੋਏ ਪਤਾ ਗੱਲ ਕੀ ਯਾਰ ਮੇਰੀ ਗੱਲ ਸੁਣੋ ਤੁਸੀਂ ਜਾਂਦੇ ਹੋ ਜਾਮ ਆ ਫਸੇ ਆ ਆਉਂਦੇ ਜਾਮ ਨੀ ਤੇਗਾ ਆਉਂਦੇ ਜਾਮ ਕਿੱਥੇ ਹੋਊਗਾ ਉਹ ਸੜਕ ਖਾਲੀ ਆ ਖਾਲੀ ਆ ਸੜਕ ਉਹ ਲੰਗਰ ਚੱਖਣ ਲੱਗਦੇ ਅੱਜ ਜਾਂ ਕੱਲ ਨੂੰ ਦੋ ਦਿਨ ਇਹ ਰਜਿੰਦਰ ਕੜੀ ਨੇ ਕੱਲ ਨੂੰ ਆਉਣਾ ਇਹਦੇ ਚੱਲਣਾ ਤਾਂ ਹੁਣ ਮਹੀਨਾ ਕੰਮ ਆ ਇਹ ਲੋਹੜੀ ਚੱਲਦਾ ਲੋਹੜੀ ਪੂਰੀ ਪੀੜ ਹੁੰਦੀ ਆ ਹੁਣ ਜਿਹੜਾ ਪਹਿਲਾਂ ਲੰਗਰ ਲੱਗਿਆ ਤਾਂ ਉਹਨੇ ਅੱਜ ਆਪਣਾ ਲੈ ਜਾਣਾ ਰਜਿੰਦਰ ਕੜੀ ਦਾ ਕੱਲ ਨੂੰ ਲੰਗਰ ਲੱਗਣਾ ਉੱਥੇ ਉਹ ਬਾਰਵਾਂ ਲਾਉਂਦੇ ਫਿਰ ਤਿੰਨ ਦਿਨ ਇੱਕ ਨਾ ਹੁਣ ਲੰਗਰ ਜਾ ਵੀ ਆਈਆਂ ਨੇ ਚਾਚਾ ਰਹਿ ਗਿਆ ਭਾਈ ਮੱਥਾ ਟਿਕਾਉਣ ਤੇ ਮੱਥਾ ਟੇਕ ਕੇ ਆਉਂਗਾ ਯਾਰ ਮੈਂ ਇਹ ਭਾਈ ਤੈਨੂੰ ਮੈਂ ਟਿਕਾ ਕੇ ਲਾਉਂਗਾ ਮੱਥਾ ਲੋਹੜੀ ਦੇ ਬਾਹ ਪਰ ਰਾਤ ਟਰੈਕਟਰ ਪੁੱਛੇ ਕਿਵੇਂ ਲੈ ਕੇ ਆਇਆ ਮੈਂ ਆਪਣੇ ਇਲਾਕਾ ਉਧਰ ਨਾਲੋਂ ਬਣੇ ਆ ਨਹਿਰ ਤੇ ਇਧਰ ਨੂੰ ਬਣੇ ਆ ਨਵੀਂ ਜੁੱਤੀ ਇਹ ਪਾਉਣ ਚਲੇ ਗਿਆ ਵਿਹਲੇ ਹੀ ਖੜਾ ਇੱਥੇ ਰਾਜਾ ਮੈਂ ਚੱਲ ਜੁੱਤੀ ਪਵਾ ਕੇ ਲਿਆਈ ਉਹ ਆਪਣੇ ਧੁੰਦ ਹਲੀ ਪੁਲ ਤੇ ਗਾਹ ਧੁੱਪਾਂ ਦੋ ਘੰਟੇ ਲੇਟ ਮੰਡਮਾ ਧੁੰਦ ਉਤਰਦੀ ਆ ਦਰਿਆ ਦੇ ਕੋਲ ਜਾ ਕੇ ਦੋ ਘੰਟੇ ਲੇਟ ਉਤਰਦੀ ਆ ਇੰਨਾ ਫਰਕ ਆ ਦਰਿਆ ਦਾ ਨਾਲ ਆਪਣਾ ਸਰਾਬ ਇਲਾਕਾ ਨਾ ਹੋਇਆ ਕਣਕ ਹੋ ਗਈ ਪੇਪਲੀ ਜੀ ਕਣਕ ਹੋ ਗਈ ਕਿਆ ਚੱਕਰ ਹੋਇਆ ਸਪਰੇ ਨੇ ਹਾਂ ਝਟਕਾ ਲਾਉਣਾ ਹੀ ਲਾਉਣਾ ਕਣਕ ਲਈ ਫਿਰੇ ਕਹਿੰਦਾ ਪੁਸਤਕ ਯੂਨੀਵਰਸਿਟੀ ਵਾਲਿਆਂ ਨੂੰ ਕਹਿ ਜੁਣ ਨੀ ਬੱਚਿਆਂ ਨੂੰ ਪੁੱਛਣ ਹੋਰ ਤੇ ਖੇਡ ਮੈਂ ਦੇਖਿਆ ਤਾਏ ਦੇ ਮੁੰਡੇ ਮੇਰੇ ਯੂਨੀ ਹੋ ਗੱਲ ਮੈਂ ਉਹਨੂੰ ਮੈਂ ਫੋਟੋ ਖਿੱਚੀ ਵੀ ਆ ਉਹ ਤਾਂ ਹੋ ਜਾਂਦੇ ਆ ਨਾ ਫੋਟੋ ਖਿੱਚੀ ਮੈਂ ਦਿਖਾ ਕੇ ਆਊਂਗਾ ਬਾਈ ਨੂੰ ਜਿਹਦੇ ਜਿਹਦੇ ਦਵਾਈ ਲੈ ਕੇ ਆਏ ਆ ਉਹਨੂੰ ਦਿਖਾਉਣਾ ਕੱਲ ਨੂੰ ਜਾਂਦਾ ਬਾਈ ਠੰਡ ਪੈ ਗਈ ਬਹੁਤ ਹੁਣ ਠੰਡ ਨੀ ਸੀਗੀ ਕਣਕਾਂ ਹੋ ਗਈਆਂ ਹੈਂ ਖੜ ਗਈਆਂ ਕਣਕਾਂ ਕਣਕਾਂ ਖੜਾ ਦੇਣੀ ਇਹਨੇ ਹੁਣ ਖੜ ਗਈਆਂ ਰੁਕ ਗਈਆਂ ਵਧੀਆ ਪੈ ਗਈ ਇਹ ਨਹੀਂ ਪਕਾ ਦੇਣੀ ਇਹ ਨਾਲੀ ਚੜ ਗਈ ਕਣਕ ਹਾਂ
ਹੁਣ ਆਹ ਕਣਕ ਉਹ ਆਪਣੀ 10 ਦਿਨ ਮਾ ਨਿਕਲੀ ਬਾਹਰ, ਇਹਨੇ 20 ਦਿਨ ਮਾ ਨਿਕਲਣਾ। ਹਾਂ ਇੰਨਾ ਫਰਕ ਪੈ ਗਿਆ ਠੰਡਾ ਹੁਣ ਵਸੀਮ ਵੱਢ ਲਿਆ ਯਾਰ, ਵਸੀਮ ਵੱਢ ਲਿਆ ਕੋਈ ਧੁੰਦ ਮਾ ਹੁਣ ਇਹੀ ਚੱਲਣਾ ਕੰਮ, ਪਤਾ ਨੀ ਬਾਈ ਧੁੰਦ ਚ ਇਹੀ ਚੱਲਣਾ ਹੁਣ ਐਵੇਂ ਖਾਸਾ ਵੱਢ ਲੈ ਗਿਆ ਚਾਰ ਪੰਜ ਪੰਡਾ, ਚਾਰ ਪੰਜ ਪੰਡਾ ਦਾਤੀ ਵੀ ਚੱਕ ਲੈ ਗਿਆ ਬੰਦਾ, ਵਾਢੇ ਚੋ ਸਰੇਈ ਕਰਾ ਗਿਆ, ਹੋਰ ਕਿਆ ਲੋਡ ਇਹਦਾ ਫੇਰ ਹੋ ਜਾਣਾ ਫੇਰ ਫੁੱਟਣਾ ਮਸ਼ੀਨ ਦਾਤੀ ਗਲਤ ਸਾਡੇ ਹਥਿਆਰ ਨਾ ਛੇੜੋ ਪੰਡ ਬਣਨੀ ਪਾਈ ਸਿੱਧੀ ਪਾ ਤਰੀਕੇ ਨਾਲ, ਪੰਡ ਵੀ ਉੱਠਦੇ ਉੱਠਦਾ ਨੀ ਮਸ਼ੀਨ ਉੱਠਦੇ ਹੀ ਨੀ ਹੈਗੇ, ਹਲੇ ਤਾਂ ਕੋਰਾ ਨੀ ਪਿਆ, ਕੋਰਾ ਜਦ ਸੂਕ ਦਿੰਦੇ ਨੇ ਤੇਰੇ ਕਰਦਾ ਜਮੀ ਬਣੀ ਸਵੇਰ ਕਰਦੀ ਕੱਲ ਨੂੰ ਯਾਰ ਇੱਕ ਫਿਰ ਪਾਣੀ ਛੱਡਦੀ ਉਹਨੂੰ ਹਨਾ, ਪੈਸੇ ਬੱਟੀਏ ਚਾਰ ਫਿਰ ਆਪਣੀ ਦੋ ਕੱਠੇ ਹੋਣੀ ਫਿਰ ਦੋ ਭਰ ਲੈਣੀ ਇਕੱਠੀ, ਜਗਦੀਪ ਨੇ ਲੱਦਣੀ ਹੈ ਪਰਸੋਂ, ਕਿੰਨੇ ਟਾਈਮ ਪਰਸੋਂ ਜਗਦੀਪ ਨੇ ਲੱਦਣੀ ਹੈ ਛੱਡ ਦੂਗਾ ਟਰੇਲਾ ਉਹ, ਫਿਰ ਫਿਰ ਕੱਲ ਉਹ ਮਾਮੇ ਵਾਲਾ ਆਉਣਾ ਹੁਣ ਉਹਦੇ ਨੂੰ ਨਾਲੇ, ਹਾਂ ਠੀਕ ਆ ਰੌਤਾ ਕਰਨਾ ਹੁਣ।
ਉਹ ਤੁਸੀਂ ਰੌਤ ਵਾਲਾ ਕਹਿੰਦਾ ਬਾਹਰੀ ਬਾਹਰ ਹਿੱਟ ਗਿਆ ਕਰੋ ਕਿੱਧਰ ਨੂੰ ਬਾਈਪਾਸ ਨੂੰ ਹਾਂ ਕੂਤਰੇ ਆ ਗਈ ਕੁੱਤੀ ਆ ਗਈ ਕੂਤਰੇ ਵਾਲੀ ਉਹ ਬਾਈ ਠੰਡ ਨਾਲ ਇਕੱਠੇ ਹੋਏ ਬੇਚਾਰੇ ਰਾਤ ਤੂੜੀ ਪੇ ਬੈਠੇ ਹੋਣੇ ਠੰਡ ਬਹੁਤ ਹੀ ਨਾ ਸਾਰੇ ਕੁੱਤੇ ਥੋੜੇ ਆਏ ਫਿਰਦੇ ਇਕੱਠੇ ਜਿਹੀ ਜਮੀ ਠੰਡ ਦੇ ਇੰਨੇ ਕੁੱਤੇ ਵਿੱਚ ਰਾਤ ਦੇ ਬਹੁਤ ਠੰਡ ਹੈ ਹੋਰ ਕੁੱਤਿਆਂ ਦਾ ਬਹੁਤ ਬੁਰਾ ਹਾਲ ਆ ਉਹਨੂੰ ਠੰਡ ਚ ਵੱਧ ਗਈ ਠੰਡ ਵੱਧ ਗਈ ਉਹਦਾ ਬਿਸਤਰਾ ਵੀ ਕੱਢ ਲਾ ਦੂਰ ਮਾਤੇ ਹੁਣ ਖੜਾ ਖੜਾ ਖੜਦੇ ਆ ਬਿਮਾਰੀ ਲੱਗ ਲੀ ਨੂੰ ਬਿਮਾਰੀ ਲੱਗੀ ਵੀ ਬਹੁਤ ਬਾਕੀ ਉਧਰ ਤੇ ਪਾ ਲੂੰਗੇ ਮਾੜਾ ਮੋਟਾ ਅੱਬਲ ਚ ਤਾਂ ਇੱਕ ਪਰਚੀ ਪੂਰੀ ਹੋ ਜਾਣੀ ਉਰੇ ਹੋ ਜਾਂਦੀ ਆ ਲੱਗੇ ਵੇ ਇੱਧਰ ਮਾਰੋ ਮਾਰ ਚੱਲਦਾ ਕੰਮ ਸਾਹਿਬ ਜੀ ਉਹਦੇ ਲਾਤੇ ਦੋ ਬੰਦੇ ਬਾਕੀ ਆਪਣੇ ਲੱਗੇ ਪਏ ਆ ਮੈਨੂੰ ਲੱਗਦਾ ਬਾਪੂ ਨੇ ਕਿਰਾਏ ਪਰ ਕਰਿਆ ਹੋਇਆ ਗੇੜਾ ਆਪ ਨੀ ਜਾਊਗਾ ਮੈਨੂੰ ਲੱਗਦਾ ਜਾਣਾ ਮੈਂ ਤਾਂ ਕਿਹਾ ਤਾ ਮੈਂ ਟਰਾਲਾ ਲੈ ਲਈ ਪਰ ਹੁਣ ਟਰਾਲੇ ਦਾ ਹੋਰ ਪੰਗਾ ਅੜਿਆ ਹੋਇਆ ਹੁਣ ਇੱਕ ਤਾਂ ਮਾਮੇ ਨੇ ਲੈਣਾ ਦਿੰਦੇ ਦੇ ਨੇ ਖੇਲ ਜੀ ਲੱਗਦੀ 100 ਕੁਇੰਟਲ ਵਾਲੀ ਗੰਨੇ ਟਰਾਲੀ ਦੀ 13 ਫੁੱਟੀ ਪਰ ਲਦਾਨ ਹੋ ਜੇ ਹੁੰਦਾ ਤਾਂ ਅੱਗੇ ਇਹਦੇ ਪਰ ਤਾਂ ਹੁਣ ਪਤਾ ਹੀ ਨਹੀਂ ਲੱਗਦਾ ਹੈਗਾ ਉਦਣ ਕਿੰਨਾ ਕੁ ਲਦਾਨ ਤਾਂ 110 ਕੁਇੰਟਲ ਗੰਨਾ ਹੋ ਗਿਆ ਦੋ ਗੇੜ ਹੋਰ ਲੱਗਣੇ ਤੇ 150 ਹੋ ਜਾਣਾ ਇਹਨਾਂ ਨੇ ਮੈਨੂੰ 29 ਤਰੀਕ ਦੱਸੀ ਸੀ ਕੱਲ੍ਹ ਦੀ ਵੀ ਕੱਲ੍ਹ ਨੂੰ ਵੱਢੂਗੇ 30 ਨੂੰ ਲੋਡ ਕਰੂੰਗੇ ਫਿਰ ਪਤਾ ਨਹੀਂ ਕਿਸੇ ਨੇ ਕੈਂਸਲ ਕਰਤਾ ਅੱਜ ਆ ਗਏ ਇੰਦਰ ਕਿਸੇ ਦਾ ਕੈਂਸਲ ਕਰਿਆ ਵਿੱਚ ਕਿਸਕਾ ਖਾਤੇ
ਪਰਚੀ ਨਹੀਂ ਆਇਆ ਹੋਣਾ ਹੈ। ਮੁੰਡਿਆ ਨਹੀਂ, ਠੀਕ ਆ ਠੀਕ ਆ। ਮੱਕੀ ਬੀਜਣੀ ਮਸ਼ੀਨ ਨਾਲ, ਜਿਹੜੀ ਮਸ਼ੀਨ ਨੀ ਮੱਕੀ ਬੀਜਦੇ ਆ, ਪੁਆਇਨੀਅਰ ਦਾ ਬੀਜ ਪਾ ਕੇ ਬੀਜਾਂਗੇ ਵਧੀਆ ਟੌਪ। ਬਾਕੀ ਆਪਾਂ ਨੇ ਬੀਜਿਆ ਤਾਂ ਹੈ ਨੀ ਹਜੇ, ਮੈਨੂੰ ਇੱਥੇ ਦਵਾਈ ਲਿਆਉਣਾ ਮੁੰਡੇ ਦੇ ਨਾ ਰੋਪੜ ਆਰਤੀ ਦੇ ਚੱਕਦਾ ਦਵਾਈ, ਮੈਂ ਜਿਹੜੀ ਜੀਰੀ ਜੂਰੀ ਚੱਕਦਾ ਸਾਰੀ ਉਹਦੇ ਕੋਲ ਤੇ ਰੇ ਤੂੰ ਜਿਹੜਾ ਵੀ ਲਿਆਉਣਾ। ਹਾਂ ਉਹਨੇ ਨਾ ਇੱਥੇ ਆਪਣਾ ਫਾਰਮ ਆ ਉਰੇ ਸੰਧੂ ਫਾਰਮ, ਉਹ ਉੱਥੇ ਉਹਨੇ ਬਾਈ ਨੇ 27 ਕਿੱਲੇ ਲਾਏ ਉੱਥੇ ਪਿਛਲੇ ਸਾਲ, ਕਹਿੰਦਾ ਵਧੀਆ ਨਿਕਾਲ ਨਿਕਲਿਆ, ਆਰਤੀ ਨਹੀਂ ਭਰੀ ਉੱਥੇ ਤੇ ਮੱਕੀ। ਮੈਨੂੰ ਕਹਿ ਕੇ ਆਇਆ ਤਾ, ਮੈਂ ਜੀ ਕਣਕ ਲੇਟ ਹੋ ਜਾਣੀ ਵੀ ਕਿਆ ਕਰਾਂ, ਕਹਿੰਦਾ ਮੱਕੀ ਬੀਜਦੇ, ਕਹਿੰਦਾ ਬੀਜ ਲੈ ਜੀ, ਕਹਿੰਦਾ ਕੋਈ ਗੱਲ ਨਹੀਂ ਵਧੀਆ ਨਿਕਲੂਗੀ, ਕਹਿੰਦਾ ਇਹਨੂੰ ਮੈਂ ਚੱਲ ਠੀਕ ਆ। 40-40, 45-45 ਕੁਇੰਟਲ ਹੋ ਜਾਂਦੀ ਕਿੱਲੀ ਮੱਕੀ ਤਾਂ, 50,000 ਦਾ ਵੀ ਕਿੱਲਾ ਹੋ ਜਾਵੇ ਬਹੁਤ, ਇੰਨਾ ਕੁ ਕਣਕ ਦਾ ਹੁੰਦਾ ਯਾਰ ਰੇਟ ਹੋਇਆ, 1300-1400-1500 ਤੱਕ ਰੇਟ ਵਿਕੀ ਜਾਂਦੀ ਹੈ ਕਿੱਲੀ ਮੱਕੀ। ਬਾਕੀ ਆਪਾਂ ਨੇ ਪੰਗਾ ਤਾਂ ਪਹਿਲੀ ਵਾਰੀ ਲੈਣਾ ਹੈ, ਤਾਰ ਤੂਰ ਚੰਗੀ ਲਾਉਂਗੇ ਸੂਰ 'ਤੇ, ਬਚਾਉਣੀ ਵੀ ਹੈ, ਫਿਰ ਮਸ਼ੀਨ ਵੀ ਲਿਆਉਣੀ ਪੈਣੀ ਵੱਢਣੇ ਵਾਲੀ, ਜੇ ਤਾਂ ਤੜਾਈ ਫਿਰ ਵੀ ਦੇਖਦੇ ਆ, ਮਸ਼ੀਨ ਵੀ ਆ ਜਾਂਦੀ, ਮਸ਼ੀਨ ਥੋੜ੍ਹਾ ਜਿਹਾ ਪੈਸੇ ਜ਼ਿਆਦਾ ਲੈਂਦੀ ਆ, 5,000 ਰੁਪਈਆ ਪਤਾ ਨਹੀਂ 6,000 ਕਿੱਲੇ ਦਾ ਲੈਂਦੀ ਹੈ। ਉਹਦਾ ਐਂ ਆ ਵੀ ਉਹਨੇ ਵੱਢ ਕੇ ਤੇਰਾ ਕਰ ਜਾਣਾ, ਉਹਦੇ ਬਾਅਦ ਜੀਰੀ ਲਾ ਦਾਂਗੇ ਸਵਾਰ ਕੇ ਖੇਤਾਂ ਨੂੰ, ਹੈ ਨਾ। ਆਪਾਂ ਨੇ ਗੇੜਾ ਨਹੀਂ ਪੈਣ ਦੇਣਾ, ਜਿੱਦਣ ਵਿਹਲੀ ਹੋ ਗਈ ਉੱਦਣ ਵਾਹ ਕੇ ਤਵੀਆਂ ਨਾਲ ਸਵਾਰ ਕੇ ਐਨ ਲੇਜ਼ਰ ਲੂਜ਼ਰ ਕਰਾ ਕੇ ਫਿਰ ਮੱਕੀ ਬੀਜਾਂਗੇ। ਉਹ ਮਾੜਾ ਜਿਹਾ ਆ ਕੇ ਸਵਾਰ ਕੇ ਰੱਖੀ ਜਾਇਓ, ਨਾ ਪੱਤਾ ਪੁੱਤਾ ਕੋਈ ਨਹੀਂ ਰੱਖੀ ਜਾਇਓ, ਜਿਹੜਾ ਕੋਈ ਹੈਗਾ ਹੈ। ਤੂੜੀ ਦਾ ਰੇਟ ਵਧਣਾ ਹੈ, ਪੱਗ ਮੈਂ ਸਭ ਪੂਰੇ ਚੱਲਣ ਦਿਓ, ਤੂੜੀ ਵੇਚੂਗੇ ਆਪਾਂ।